ਕੀ ਵਿਖਾਇਆ ਉਹਨਾਂ ਨੇ ਤੁਹਾਨੂੰ? ਉਹਨੇ ਗੁਰਦੁਆਰਾ ਦਿਖਾਇਆ। ਅੱਛਾ। ਬਾਬਾ ਮਾਨੀ ਸ਼ਾਹ ਦਾ ਦਰਬਾਰ ਦਿਖਾਇਆ। ਅੱਛਾ। ਹੋਰ ਲੋਕ ਫਿਰਦੇ ਤੁਰਦੇ ਦਿਖਾਏ, ਕੁਛ ਉਹ ਮਸ਼ੀਨਰੀ ਦਾ ਦਿਖਾਇਆ, ਉਹ ਟੈਂਕ ਟਰੱਕ ਟਰੁੱਕ ਚੱਲਦੇ। ਅੱਛਾ। ਤੇ ਆਪਣੇ ਨਦੀ ਵੀ ਵਿਖਾਈ, ਨਦੀ ਵੀ ਦੇਖੀ। ਇਹ ਮੇਰੇ ਕਲਾਸ ਫੈਲੋ ਸਨ ਇਹ ਸਾਰੇ। ਅੱਛਾ, ਤੁਸੀਂ ਖੇਡਦੇ ਵੀ ਇਕੱਠੇ ਰਹੇ ਹੋ? ਇਕੱਠੇ ਖੇਡਦੇ ਰਹੇ। ਔਰ ਮੈਂ ਬਹੁਤ ਪਿਆਰ ਕਰਦਾ ਸੀ ਉਹਨਾਂ ਦੀਆਂ ਭੈਣਾਂ ਨੂੰ, ਮੈਂ ਆਪਣੀਆਂ ਭੈਣਾਂ ਸਮਝਦਾ ਸੀ। ਬਲਕਿ ਅਸੀਂ ਤਿਉਹਾਰ ਦੇ ਉੱਤੇ ਇੱਕ ਸਿੱਖਣੀ ਸੀ, ਉਹਨੂੰ ਅਸੀਂ ਫੁੱਫੀ ਨੂੰ ਪੰਜਾਬੀ 'ਚ ਸਾਡੇ ਇਲਾਕੇ 'ਚ ਭੂਆ ਕਹਿੰਦੇ ਆ, ਭੂਆ ਰਲੀ, ਉਹਨੂੰ ਅਸੀਂ ਸੁੱਕੀਆਂ ਸੇਮੀਆਂ ਅਤੇ ਸ਼ੱਕਰ ਦੇ ਕੇ ਆਉਂਦੇ ਹੁੰਦੇ ਸੀ ਈਦ ਨੂੰ। ਉਹ ਸਾਡੇ ਹੱਥਾਂ ਉੱਤੇ ਰੱਖੜੀ ਰਾਖੀ ਵੀ ਬੰਨ ਦਿੰਦੀਆਂ ਸੀ ਕੁੜੀਆਂ, ਜਿਹੜੀਆਂ ਭਰਾਵਾਂ ਦੇ ਬੰਨਦੀਆਂ। ਕਰ ਲਾਂਗਾ ਜੀ। ਕਾਫੀ ਲੋਕਾਂ ਦੇ ਕਮੈਂਟ ਆਏ ਤੁਹਾਡੀ ਵੀਡੀਓ ਵੇਖ ਕੇ। ਅੱਛਾ, ਜੇ ਜੇ ਉਹ ਮੇਰੇ ਨਾਲ ਗੱਲ ਕਰਨੀ ਚਾਹੁਣ ਮੈਂ ਕਰ ਲਾਂਗਾ ਜੀ। ਉਹਨਾਂ ਨੇ ਬੜਾ ਕਿਹਾ ਕਿ ਸਾਨੂੰ ਬਜ਼ੁਰਗਾਂ ਨਾਲ ਗੱਲ ਕਰਾਓ, ਸਾਡੇ ਪਿੰਡ ਦੇ ਬਜ਼ੁਰਗ ਨੇ ਸਾਨੂੰ ਵਾਪਸ ਦੇ ਦਿਓ। ਵਾਪਸ ਜਾਣਾ ਤੇ ਬੜੀ ਮੁਸ਼ਕਿਲ ਜਿਹੀ ਗੱਲ ਹੈ, ਗੱਲਾਂ ਕਰ ਲਵਾਂਗਾ ਉਹਨਾਂ ਦੇ ਨਾਲ। ਪਿੰਡ ਵੇਖਣਾ ਚਾਹੁੰਦੇ ਹੋ? ਅਗਰ ਪਿੰਡ ਤੁਹਾਨੂੰ ਵਿਖਾਈਏ। ਮੈਂ ਤੇ ਤੁਰਿਆ ਨਹੀਂ ਜਾਂਦਾ। ਅੱਛਾ, ਤੁਰਿਆ ਨਹੀਂ ਜਾਂਦਾ, ਮੈਂ ਚੱਲ ਫਿਰ ਨਹੀਂ ਸਕਦਾ। ਸਹੀ ਹੋ ਗਿਆ। ਅਤੇ ਵੈਸੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਮੈਂ ਖੁਸ਼ ਹੋ ਜਾਵਾਂਗਾ, ਮੇਰੀ ਉਹ ਬਚਪਨ ਮੈਨੂੰ ਯਾਦ ਆ ਜਾਏਗਾ, ਬਚਪਨ ਮੈਨੂੰ ਮਿਲ ਜਾਏਗਾ। ਸਹੀ ਹੋ ਗਿਆ। ਹਿੰਦੂਆਂ ਦਾ ਕੋਈ ਬੰਦੇ ਦਾ ਨਾਂ ਚੇਤਾ ਜਿਹੜਾ ਤੁਹਾਡਾ ਹਾਣੀ ਉੱਥੇ ਰਹਿੰਦਾ ਸੀ? ਹਾਂ, ਬਹੁਤ ਮੁੰਡੇ ਸੀ ਮੇਰੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਨਮਸਕਾਰ। ਜਿਸ ਤਰ੍ਹਾਂ ਯੂਟਿਊਬ ਦੇ ਉੱਤੇ ਤੁਸੀਂ ਆਪਣੀ ਬਾਬਾ ਜੀ ਦੀ ਵੀਡੀਓ, ਬਾਬਾ ਜੀ ਪਿੰਡ ਦੀ ਹੈ, ਇੰਟਰਵਿਊ ਦੀ ਵੀਡੀਓ ਬਣਾ ਕੇ ਪਾਈ ਹੋਈ ਸੀ, ਉਸਦੇ ਮੁਤਾਬਕ ਉਸ ਹਿਸਾਬ ਨਾਲ ਇਹ ਉਹਨਾਂ ਦੀ 1947 ਤੋਂ ਬਾਅਦ ਦੀ ਪਿੰਡ ਮਨੋਲੀਆਂ ਦੀ ਜੋ ਹੈ ਤਸਵੀਰ ਉਹਨਾਂ ਦੇ ਲਈ ਭੇਜ ਰਿਹਾ ਹਾਂ। ਇਸ ਵੀਡੀਓ ਦਾ ਮਕਸਦ ਸਿਰਫ ਉਹਨਾਂ ਤੱਕ 1947 ਤੋਂ ਬਾਅਦ ਦੀ ਜੋ ਪਿੰਡ ਮਨੋਲੀਆਂ ਦੀ ਮੌਜੂਦਾ ਬਣੀ ਹੋਈ ਹੈ ਆਬਾਦੀ, ਜਾਂ ਫਿਰ ਉਹਨਾਂ ਦੇ ਲਈ ਜੋ ਮੈਂ ਭੇਜ ਰਿਹਾ ਇਸ ਵਕਤ ਮੈਂ ਜੋ ਖੜ੍ਹਾ ਹਾਂ ਉਹਨਾਂ ਦੀ ਆਬਾਦੀ ਤੋਂ ਬਿਲਕੁਲ ਉਲਟ ਪਿੰਡ ਦੇ ਦੂਸਰੀ ਸਾਈਡ ਹਾਂ। ਇਹ ਇੱਧਰਲੀ ਸਾਡੀ ਜਮਾਰਾਂ ਦੀ ਜ਼ਿਆਦਾਤਰ ਆਬਾਦੀ ਇਸ ਪਾਸੇ ਹੈ, ਅਤੇ ਜੋ ਬਾਬਾ ਜੀ ਦੱਸ ਰਹੇ ਸਨ ਕਿ ਉਹ ਉਹਨਾਂ ਦੇ ਘਰ ਸ਼ਿਵਾਲਿਕ ਦੀ ਪਹਾੜੀਆਂ ਵੱਲ ਹਨ, ਉਹ ਬਿਲਕੁਲ ਉਹ ਜੋ ਸਾਹਮਣੇ ਸਫੈਦੇ ਦਿਖਾਈ ਦੇ ਰਹੇ ਹਨ ਦਰੱਖਤ, ਇਹ ਬਿਲਕੁਲ ਉਹਨਾਂ ਦੇ ਮਕਾਨ ਉੱਧਰ ਹਨ। ਸਿਰਫ ਉੱਤੇ ਹੁਣ ਤੱਕ ਤਾਂ 2 ਕੁ ਹੀ ਮਕਾਨ ਬਚੇ ਨੇ, ਬਾਕੀ ਸਾਰੇ ਤਾਂ ਲਗਭਗ ਪੁਰਾਣੀ ਖਸਤਾ ਹਾਲਤ ਹੋਣ ਦੇ ਕਾਰਨ ਉਹ ਢਹਿ ਢੇਰੀ ਹੋ ਚੁੱਕੇ ਨੇ। ਅਤੇ ਉਸਦੀ ਅਲੱਗ ਵੀਡੀਓ, ਉਹਨਾਂ ਦੀ ਕਿਸੇ ਦਾ ਮਕਾਨ ਬਚਿਆ ਹੋਇਆ ਉਸਦੀ ਅਲੱਗ ਵੀਡੀਓ ਬਣਾ ਕੇ ਭੇਜ ਰਿਹਾ ਹਾਂ, ਉਹ ਵੀ ਭੇਜ ਦੂੰਗਾ। ਪਰ ਇਸ ਵਕਤ ਉੱਥੇ ਜਾਣਾ ਬਿਲਕੁਲ ਠੀਕ ਨਹੀਂ ਹੈਗਾ, ਕਿਉਂਕਿ ਬਰਸਾਤ ਦਾ ਮੌਸਮ ਹੋਣ ਕਰਕੇ ਉੱਥੇ ਘਾਹ ਬੂਟੀ 'ਚ ਬਹੁਤ ਚੜ੍ਹੀ ਹੋਈ ਹੈ, ਅਤੇ ਉਸਦੇ ਅੰਦਰ ਜਾਣਾ ਤਾਂ ਬਿਲਕੁਲ ਔਖਾ ਹੈ। ਅਤੇ ਇਸ ਕਰਕੇ ਉਸਦੀ ਅਲੱਗ ਵੀਡੀਓ ਜੋ ਹੈ ਉਹ ਪਹਿਲਾਂ ਤੋਂ ਬਣਾ ਕੇ ਰੱਖੀ ਹੋਈ ਹੈ, ਉਹ ਮੈਂ ਭੇਜ ਰਿਹਾ, ਬਾਅਦ ਵਿੱਚ ਭੇਜ ਦਿੰਦਾ ਵਾਂ। ਅਤੇ ਇਸ ਵਕਤ ਜੋ ਸਾਹਮਣੇ ਦਿਖਾਈ ਦੇ ਰਿਹਾ ਹੈ ਉਹ ਸਾਹਮਣੇ ਨਿਸ਼ਾਨ ਸਾਹਿਬ, ਇਹ ਸਿੱਖਾਂ ਦਾ ਗੁਰਦੁਆਰਾ ਹੈ, ਗੁਰਦੁਆਰਾ ਸਾਹਿਬ ਹੈ, ਅਤੇ ਇਸ ਦੇ ਇਰਦ ਗਿਰਦ ਜ਼ਿਆਦਾਤਰ ਜੋ ਮਕਾਨ ਹਨ ਇੱਧਰ ਸਿੱਖਾਂ ਦੇ ਹਨ। ਇਹ ਦੂਰ ਦੇ ਪਿੰਡ ਹੈ, ਪਿੰਡ ਦੀ ਕੁੱਲ ਆਬਾਦੀ 800 ਦੇ ਕਰੀਬ ਹੈ, ਇਹ ਸਾਡਾ ਪਿੰਡ ਨਹੀਂ ਹੈ। ਨੋਲੀਆਂ ਦੇ ਨਹੀਂ, ਤੁਹਾਡਾ ਪਿੰਡ ਹੀ ਹੈ। ਨਹੀਂ ਨਹੀਂ, ਇਹ ਤਾਂ ਜਲੰਧਰ ਆਦਮਪੁਰ, ਇੱਕ ਤਾਂ ਮਿਡਲ ਸਕੂਲ ਹੈ ਜਲੰਧਰ ਦਾ, ਦੂਸਰਾ ਹੈ ਆਂਗਨਵਾੜੀ ਸਕੂਲ। ਜਿਹੜਾ ਮਿਡਲ ਸਕੂਲ ਹੈ ਉਹ ਪੰਜਾਬ ਸਰਕਾਰ ਦੇ ਕੰਟਰੋਲ ਦੇ ਹੇਠ ਹੈ, ਅਤੇ ਜਿਹੜਾ ਆਂਗਨਵਾੜੀ ਸਕੂਲ ਹੈ ਇਹ ਸਿੱਧਾ ਦਿੱਲੀ ਜੋ ਹੈ ਸਰਕਾਰ ਉਸਦੇ ਅੰਡਰ ਆਉਂਦਾ ਹੈ, ਅਤੇ ਦਿੱਲੀ ਦੀ ਪੂਰੇ ਜੋ ਹੈ ਕੰਟਰੋਲ ਅਤੇ ਜੋ ਪ੍ਰਬੰਧ ਉਹ ਦਿੱਲੀ ਵੱਲੋਂ ਕੀਤਾ ਜਾਂਦਾ ਹੈ, ਦਿੱਲੀ ਸਰਕਾਰ ਵੱਲੋਂ। ਅਤੇ ਆਹ ਜੋ ਗੁਰਦੁਆਰਾ ਦਿਖਾਈ ਦੇ ਰਿਹਾ ਹੈ, ਗੁਰਦੁਆਰਾ ਸਾਹਿਬ ਸਿਰਫ ਇੱਕ ਮਕਾਨ ਜੋ ਹੈ ਚਮਾਰਾਂ ਦੀ ਆਬਾਦੀ ਦਾ 1947 ਤੋਂ ਪਹਿਲਾਂ ਦਾ ਹੀ ਹੈ, ਅਤੇ ਉਹ ਪਿੱਛੇ ਪਿੰਡ ਇਸ ਇਹ ਪੱਛਮ ਦਿਸ਼ਾ ਹੈ, ਅਤੇ ਇਸਦੇ ਪਿੱਛੇ ਪਿੰਡ ਸਾਹਮਣੇ ਜੋ ਦਿਖਾਈ ਦੇ ਰਿਹਾ ਉਹ ਪਾਣੀ ਵਾਲੀ ਟੈਂਕੀ, ਉਹ ਹੈ ਪਿੰਡ ਜਾਂਗਣੀ ਵਾਲਾ। ਹਾਂਜੀ, ਪਿੰਡ ਜਾਂਗਣੀ ਵਾਲਾ, ਇਹ ਪਿੰਡ ਜਾਂਗਣੀ ਸੀ ਰਾਜਪੂਤ ਅਤੇ
ਸਿੱਖ ਅਤੇ ਚਮਾਰ ਲੋਕ ਇਹ ਜ਼ਿਆਦਾਤਰ ਕਾਸਟ ਦੇ ਲੋਕ ਰਹਿੰਦੇ ਹਨ, ਬਾਕੀ ਜੋ ਕਾਸਟਾਂ ਰਹਿੰਦੀਆਂ ਹਨ ਉਹ ਬਿਲਕੁਲ ਘੱਟ ਆਬਾਦੀ ਹੈ। ਅਤੇ ਇਸ ਦੇ ਪਿੱਛੇ ਉਹ ਸਾਹਮਣੇ ਜੋ ਕਈ ਮੋਬਾਈਲ ਟਾਵਰ ਦਿਖਾਈ ਦੇ ਰਹੇ ਹਨ, ਇਹ ਪਿੰਡ ਮੋਬਾਈਲ ਟਾਵਰ ਹਨ। ਇਸ ਦੇ ਕਰੀਬ ਇੱਥੋਂ 2 ਜਾਂ 10 ਕਿਲੋਮੀਟਰ ਦੀ ਦੂਰੀ 'ਤੇ ਹੀ ਪਿੰਡ ਭਾਵ ਇਸ ਪੱਛਮ ਦਿਸ਼ਾ ਵੱਲ ਪੈਂਦਾ ਹੈ। ਅਤੇ ਇਸੀ ਦਿਸ਼ਾ ਵੱਲ ਪੱਛਮ ਵੱਲ ਇਸ ਤੋਂ ਭਾਵ ਤੋਂ ਅੱਗੇ ਫਗਵਾੜਾ, ਫਗਵਾੜੇ ਦੇ ਨਾਲ ਜਲੰਧਰ, ਜਲੰਧਰ ਤੋਂ ਅਗਾਂਹ ਬਿਆਸ, ਫਿਰ ਉਸ ਤੋਂ ਅੱਗੇ ਅੰਮ੍ਰਿਤਸਰ, ਇਸੀ ਦਿਸ਼ਾ ਵੱਲ ਇਹ ਰਸਤੇ ਜਾਂਦੇ ਹਨ। ਆਹ ਜੋ ਹੈ ਇਹ ਉੱਤਰ ਦਿਸ਼ਾ ਜੋ ਪੱਛਮ ਵੱਲ ਦੀ ਹਿਮਾਲਿਆ ਪਰਬਤ ਅਤੇ ਇਸਦੀ ਹੋਰ ਪਹਾੜੀ ਜੋ ਪਰਬਤੀ ਮਾਲਾ ਲੱਗਦੀ ਹੈ ਉਹ ਇਸ ਤਰਫ ਵੱਧਦੀ ਹੈ। ਜੋ ਬਾਬਾ ਮਾਨੀ ਸ਼ਾਹ ਦੀ ਜਿਹੜੀ ਦਰਗਾਹ ਹੈ ਉਹ ਵੀ ਇਸੇ ਦਿਸ਼ਾ ਵੱਲ ਹੈ। ਉਹ ਸਾਹਮਣੇ ਜੁੜੇ ਸਫੈਦੇ ਹਨ, ਇਸ ਦਿਸ਼ਾ ਵੱਲ ਬਾਬਾ ਮਾਨੀ ਸ਼ਾਹ ਦੀ ਜਗ੍ਹਾ ਹੈ। ਅਤੇ ਅੱਜ ਵੀ ਇੱਥੇ ਵਿਸਾਖੀ ਦਾ ਮੇਲਾ, ਕਾਫੀ ਭਾਰੀ ਮੇਲਾ ਲੱਗਦਾ ਹੈ ਜੋ ਕਿ ਅਪ੍ਰੈਲ ਦੇ ਮਹੀਨੇ ਜ਼ਿਆਦਾਤਰ ਇਹ ਮਨਾਇਆ ਜਾਂਦਾ। ਬਾਕੀ ਹੋਰ ਸ਼ਿਵਰਾਤਰੀ ਵੀ ਮਨਾਈ ਜਾਂਦੀ ਹੈ ਜੋ ਕਿ ਇੱਧਰ ਆਲੇ ਦੁਆਲੇ ਪਿੰਡਾਂ ਦੇ ਹਿੰਦੂ ਲੋਕ, ਸਾਡੇ ਪਿੰਡ ਦੇ ਕੁਝ ਹਿੰਦੂ ਲੋਕ ਜਾਂਦੇ ਨੇ ਇੱਥੇ ਸ਼ਿਵਰਾਤਰੀ ਮਨਾਉਣ 'ਤੇ। ਵੈਸੇ ਜ਼ਿਆਦਾਤਰ ਸਾਰੀਆਂ ਕਾਸਟਾਂ ਦੇ ਸਿੱਖ, ਬਾਹਮਣ, ਚਮਾਰ, ਸੁਨਿਆਰੇ, ਜਲਾਏ, ਝੀਰ, ਤਰਖਾਣ, ਇਹ ਸਾਰੇ ਇਕੱਠੇ ਮਿਲ ਕੇ ਵਿਸਾਖੀ ਦਾ ਮੇਲਾ ਅਤੇ ਸ਼ਿਵਰਾਤਰੀ ਦਾ ਮੇਰੇ ਮੁਤਲਕ ਕਹਿੰਦੇ ਜੋ ਹੁਣ ਇਸ ਤਰਫ ਦੇਖ ਰਹੇ ਹਾਂ ਅਸੀਂ, ਇਹ ਹੈ ਪੂਰਬ ਦਿਸ਼ਾ। ਉਹ ਸਾਹਮਣੇ ਫਿੱਕੀਆਂ ਫਿੱਕੀਆਂ ਪਹਾੜੀਆਂ ਦਿਖਾਈ ਦੇ ਰਹੀਆਂ ਹਨ, ਪਰ ਮੌਸਮ ਕੀ ਦਿਖਾ ਰਹੇ ਨੇ, ਥੋੜੀਆਂ ਫਿੱਕੀਆਂ ਫਿੱਕੀਆਂ ਨਜ਼ਰ ਆ ਰਹੀਆਂ ਨੇ। ਇਸ ਤਰਫ ਨਾਲ ਲੱਗਦਾ ਸਾਡਾ ਪਿੰਡ ਪੈਂਦਾ ਹੈ ਗੁਆਂਢੀ ਪਿੰਡ ਚੰਬਲਾ, ਉਸ ਤੋਂ ਅੱਗੇ ਚੱਕਟਾਰੂ, ਫਿਰ ਮਾਲਪੁਰ, ਅਤੇ ਮਾਲਪੁਰ ਤੋਂ ਅੱਗੇ ਆਖਰੀ ਪਿੰਡ ਪੈਂਦਾ ਹੈ, ਆਖਰੀ ਸ਼ਹਿਰ ਹੈ ਜੇਜੋ। ਅਤੇ ਇਸ ਤੋਂ ਅੱਗੇ ਪੰਜਾਬ ਦੀ ਜਿਹੜੀ ਹੱਦ ਉਹ ਬਿਲਕੁਲ ਮੁੱਕ ਜਾਂਦੀ ਹੈ, ਅਤੇ ਇਸ ਦੇ ਨਾਲ ਲੱਗਦੀ ਹਿਮਾਚਲ ਪ੍ਰਦੇਸ਼ ਦੀ ਜੋ ਹੱਦ ਹੈ ਉਹ ਸ਼ੁਰੂ ਹੋ ਜਾਂਦੀ ਹੈ। ਇਹ ਪੰਜਾਬ ਦਾ ਜਿਹੜਾ ਇਲਾਕਾ ਹੈ ਇਹ ਸਾਡਾ ਸਰਹੱਦੀ ਇਲਾਕਾ ਹੈ, ਇਸਨੂੰ ਬਾਹਰ ਦਾ ਦੁਆਬਾ ਕਹਿੰਦੇ ਹਨ। ਬਾਹਰ ਦਾ ਮਤਲਬ ਬਿਆਸ ਅਤੇ ਰਾਵੀ ਅਤੇ ਦੁਆਬਾ ਮਤਲਬ ਅਤੇ ਦੋ ਦਰਿਆਵਾਂ ਦੇ ਵਿਚਕਾਰ ਇਲਾਕਾ, ਇਸ ਤਰ੍ਹਾਂ ਇਹ ਸਾਡਾ ਜੋ ਇਲਾਕਾ ਹੈ ਇਹਨੂੰ ਬਾਹਰ ਦਾ ਦੁਆਬਾ ਕਿ ਜਾਣਿਆ ਜਾਂਦਾ ਹੈ। ਇਹ ਸਾਡਾ ਇਲਾਕਾ ਜੋ ਹੈ ਇਹ ਸਰਹੱਦੀ ਇਲਾਕਾ ਹੈ। ਇਸ ਤਰਫ ਜੋ ਪਿੰਡ ਹੈ ਇਹ ਪਿੰਡ ਗੋਂਦਪੁਰ ਹੈ, ਨਾਲ ਲੱਗਦਾ ਹੀ ਸਿਰਫ ਅੱਧਾ ਕੁ ਕਿਲੋਮੀਟਰ ਦੀ ਦੂਰੀ 'ਤੇ ਹੀ ਹੈ, ਉੱਥੋਂ ਥੋੜ੍ਹੇ ਘਰ ਦਿਖਾਈ ਦੇ ਰਹੇ ਹਨ। ਅਤੇ ਗੋਂਦਪੁਰ ਤੋਂ ਅੱਗੇ ਨਾਲ ਖੇੜਾ, ਭਾਲਟਾ, ਪੰਡੋਰੀ, ਆਦਮਪੁਰ, ਕੋਟਫਤੂਹੀ, ਕੋਟਫਤੂਹੀ ਤੋਂ ਇਸ ਤਰਫ ਪੱਛਮ ਦਿਸ਼ਾ ਨੂੰ ਜੋ ਨਹਿਰ ਜਾਂਦੀ ਹੈ ਉਹ ਬਿਲਕੁਲ ਨਾਲ ਨਾਲ ਜਾਂਦੀ ਹੈ ਜੋ ਕਿ ਆਦਮਪੁਰ ਸ਼ਹਿਰ ਦੇ ਨਾਲ ਸਿੱਧੀ ਜਾ ਕੇ ਅਟੈਚ ਹੈ। ਅਤੇ ਉਹ ਸਾਡੇ ਨਾਲ ਦਾ ਪਿੰਡ ਰਖਿਆਲ ਜੋ ਕਿ ਇੱਥੇ ਜ਼ਿਆਦਾਤਰ ਬ੍ਰਾਹਮਣ ਲੋਕ ਹੀ ਰਹਿੰਦੇ ਹਨ, ਉਹ ਸਿਰਫ ਇੱਕ ਹੀ ਕਾਸਟ ਦੇ, ਬਾਕੀ ਹੋਰ ਕੋਈ ਵੀ ਕਾਸਟ ਤਾਂ ਇੱਥੇ ਨਹੀਂ ਰਹਿੰਦਾ। ਅਤੇ ਆਹ ਜੋ ਸਾਹਮਣੇ ਆਬਾਦੀ ਸਾਡੇ ਪਿੰਡ ਮਨੋਲੀਆਂ ਦੀ ਹੈ, ਇਹ ਸਾਡਾ ਇੱਕ ਇਸ ਸਾਈਡ ਕੋਰਨਰ 'ਤੇ ਹੈ ਜੋ ਸਾਡਾ ਆਬਾਦੀ ਜ਼ਿਆਦਾਤਰ ਚਮਾਰਾਂ ਦੀ ਹੈ, ਅਤੇ ਉਸ ਤਰਫ ਜੋ ਕਿ ਬਾਕੀ ਕਾਸਟਾਂ ਦੇ ਲੋਕ ਰਹਿੰਦੇ ਹਨ ਉਹ ਹਨ ਸੁਨਿਆਰੇ, ਜਲਾਏ, ਝੀਰ, ਤਰਖਾਣ, ਅਤੇ ਇਹ ਕਾਸਟਾਂ ਦੇ ਲੋਕ ਰਹਿੰਦੇ ਹਨ। ਅਤੇ ਇੱਕ ਅਤੇ ਹੋਰ ਜੋ ਨਵੀਂ ਆਬਾਦੀ ਆਈ ਹੈ ਸਾਡੇ ਉਹ ਗੁਜਰ ਮੁਸਲਮਾਨ ਹਨ ਜੋ ਇਸ ਤਰਫ ਜਾਂਗਣੇਵਾਲ ਪਿੰਡ ਦੇ ਚੌ ਦੇ ਕੰਢੇ ਉੱਤੇ ਉਹਨਾਂ ਦੀ ਆਬਾਦੀ ਨਵੇਂ ਨਵੇਂ ਹਜੇ ਆਏ ਹਨ। ਵੈਸੇ ਤਾਂ ਸਾਰੇ ਇਕੱਠੇ ਹੀ ਰਹਿੰਦੇ ਹਨ ਇੱਕ ਦੂਸਰੇ ਨਾਲ, ਉਹਨਾਂ ਦਾ ਬਿਹੇਵ ਹੈ ਸਾਡੇ ਪਿੰਡ ਹਜੇ ਵੀ ਮੁਸਲਮਾਨ ਰਹਿੰਦੇ ਹਨ ਜੋ ਕਿ ਨਵੀਂ ਆਬਾਦੀ ਆਈ ਹੈ, ਉਹਨਾਂ ਨਾਲ ਵੀ ਜੋ ਬਿਹੇਵ ਹੈ ਬਿਲਕੁਲ ਠੀਕ ਹੈ, ਇਸ ਤਰ੍ਹਾਂ ਦਾ ਕੋਈ ਫਰਕ ਨਹੀਂ ਕੀਤਾ ਜਾਂਦਾ। ਅੱਜ ਵੀ ਉੱਥੇ ਨਮਾਜ਼ ਪੜ੍ਹੀ ਜਾਂਦੀ ਹੈ, ਈਦ ਦੇ ਦਿਨ ਆਵਾਜ਼ ਆਉਂਦੀ ਹੈ ਇੱਥੇ ਪਿੰਡ ਬਾੜੀਆਂ ਦੇ, ਬਾੜੀਆਂ ਕਲਾਂ ਜਿਹੜਾ ਉੱਥੇ ਇੱਕ ਈਦ ਦੀ ਮਸਜਿਦ ਬਣੀ ਹੋਈ ਹੈ, ਅਤੇ ਈਦ ਦੀ ਜੋ ਕਿ ਹੈ ਮਨਾਈ ਜਾਂਦੀ ਹੈ ਹਰ ਸਾਲ ਬੜੇ ਵਧੀਆ ਢੰਗ ਨਾਲ, ਸਾਰੇ ਮੁਸਲਮਾਨ ਸਾਰੇ ਹਰ ਕਾਸਟ ਦੇ ਲੋਕ ਆਰਾਮ ਨਾਲ ਇਕੱਠੇ ਹੋ ਕੇ ਇੱਥੇ ਈਦ ਦੇ ਮੇਲੇ 'ਤੇ ਹਰ ਦਿਨ ਤਿਉਹਾਰ ਜਾ ਕੇ ਇਕੱਠੇ ਹੋ ਕੇ ਮਨਾਉਂਦੇ ਹਨ। ਅਤੇ ਜੋ ਬਾਬਾ ਮਾਨੀ ਸ਼ਾਹ ਦੀ ਜਗ੍ਹਾ ਹੈ ਉੱਥੇ ਵੀ ਜੋ ਮੇਲੇ ਲੱਗਦੇ ਆ, ਮੇਲਾ ਲੱਗਦੇ ਬਾਕੀ ਧੰਨਵਾਦ।
ਹਾਂਜੀ ਬਾਈ ਜੀ ਸਲਾਮ ਅਲੈਕੁਮ। ਇਹ ਆ ਜੀ ਪੁਰਾਣੇ ਮਕਾਨ ਬਾਬਾ ਜੀ ਦੇ, ਜੋ ਬਾਬਾ ਜੀ ਦੇ ਕੋਲ ਨੇ ਕੋਲ ਸੀਗੇ, ਅਤੇ ਇਹ ਰਹਿ ਚੁੱਕਾ ਹੈ ਇੱਕ ਪੁਰਾਣਾ ਮਕਾਨ। ਇਹ ਜੋ ਬਾਬਾ ਜੀ ਨੇ ਦੱਸਿਆ ਸੀ ਵੀ ਸਾਡੇ ਘਰ ਆਹ ਥਾਂ 'ਤੇ ਸੀਗੇ ਨੇ, ਅਤੇ ਉਹ ਥਾਂ ਦੀ ਵੀਡੀਓ ਬਣਾ ਕੇ ਮੈਂ ਤੁਹਾਨੂੰ ਭਾਏ ਭੇਜ ਰਿਹਾ ਹਾਂ। ਅਤੇ ਜੀ ਹਾਂਜੀ, ਬਾਕੀ ਤਾਂ ਹੁਣ ਢਾਹ ਢੂਹ ਕੇ ਸਾਰੇ ਬਣ ਚੁੱਕੇ ਆ ਮਕਾਨ। ਇਹੀ ਇੱਕ ਪੁਰਾਣੇ ਮਕਾਨ ਆ, ਥੋੜ੍ਹੇ ਜਿਹੇ ਤੁਹਾਨੂੰ ਉੱਥੇ ਦੀ ਵੀਡੀਓ ਸੈਂਡ ਕਰ ਰਿਹਾ ਹਾਂ ਜੀ। ਇਹ ਹੈ ਪੁਰਾਣੇ ਮਕਾਨ, ਬਸ ਰਹਿ ਚੁੱਕੇ ਉਸ ਟਾਈਮਾਂ ਦੇ ਆ ਇਹ। ਇਹ ਵੀ ਅੱਜ ਤੋਂ 5 ਸਾਲ ਪਹਿਲਾਂ ਦੇੜ ਦਿੱਤੇ ਆ, ਦੁਬਾਰਾ ਇੱਥੇ ਮਕਾਨ ਮਕੂਨ ਪਾਊਗੇ ਹੁਣ ਜੋ ਵੀ ਆ ਜੀ। ਇਹ ਆਪਣੇ ਜਿੱਥੇ ਬਾਬਾ ਜੀ ਨੇ ਦੱਸਿਆ ਸੀ, ਅਤੇ ਹੁਣ ਇਸ ਤੋਂ ਬਾਅਦ ਮੈਂ ਮਸਜਿਦ ਦਿਖਾ ਲੂੰਗਾ ਤੁਹਾਨੂੰ ਲਿਜਾ ਕੇ ਜੀ। ਇਹ ਦੇਖੋ ਘਰ, ਬਾਬਾ ਜੀ ਪਹਿਚਾਣ ਲੈਣਗੇ। ਇਹ ਬਾਬਾ ਜੀ ਨੇ ਇੱਥੇ ਕਿਹਾ ਸੀ ਆਪਣੇ, ਮੇਰਾ ਘਰ ਉੱਥੇ ਸੀ, ਅਤੇ ਉਹ ਅਸਲੀ ਘਰ ਜਿਹੜਾ ਬਾਬਾ ਜੀ ਦਾ ਘਰ ਸੀ ਉਹ ਇਧਰਲੀ ਸਾਈਡ ਸੀ, ਆ ਦੂਜੀ ਸਾਈਡ, ਪਰ ਇੱਥੇ ਹੁਣ ਮਕਾਨ ਹੋਰ ਬਣ ਚੁੱਕਿਆ, ਉਹ ਦੇੜ ਦਿੱਤੇ ਨੇ ਇੱਥੇ, ਹੁਣ ਹੋਰ ਬੰਦੇ ਰਹਿ ਰਹੇ ਨੇ ਬਾਹਰੋਂ ਆ ਕੇ ਜੀ। ਮੈਂ ਤੁਹਾਨੂੰ ਮਸਜਿਦ ਦੀ ਫੋਟੋ ਪਾਊਂਗਾ, ਅਤੇ ਉਸ ਤੋਂ ਬਾਅਦ ਬਾਬਾ ਮਾਨੇ ਸ਼ਾਹ ਜੀ ਦਾ। ਓਕੇ ਹਾਂਜੀ, ਵੇਖੀ ਜੇ ਵੀਡੀਓ ਪਿੰਡ ਦੀ? ਹਾਂ ਦੇਖੀ ਹੈ। ਤੁਸੀਂ ਤਾਂ ਕਹਿੰਦੇ ਸੀ ਮੇਰਾ ਪਿੰਡ ਨਹੀਂ ਹੈਗਾ, ਮਗਰ ਉਹ ਤਬਦੀਲੀ ਆ ਗਈ ਹੋਈ ਹੈ ਨਾ, ਉਸ ਤਰ੍ਹਾਂ ਦਾ ਨਹੀਂ ਹੈ ਜਿਸ ਤਰ੍ਹਾਂ ਦਾ ਛੱਡ ਕੇ ਆਏ ਸੀ ਨਾ, ਉਹ ਨਹੀਂ ਹੈ। ਕੀ ਵਿਖਾਇਆ ਉਹਨਾਂ ਨੇ ਤੁਹਾਨੂੰ? ਉਹਨੇ ਗੁਰਦੁਆਰਾ ਦਿਖਾਇਆ, ਬਾਬਾ ਮਾਨੇ ਸ਼ਾਹ ਦਾ ਦਰਬਾਰ ਦਿਖਾਇਆ, ਹੋਰ ਲੋਕ ਫਿਰਦੇ ਤੁਰਦੇ ਦਿਖਾਏ, ਕੁਛ ਉਹ ਮਸ਼ੀਨਰੀ ਦਾ ਦਿਖਾਇਆ, ਉਹ ਟੈਂਕ ਟਰੱਕ ਟਰੁੱਕ ਚੱਲਦੇ, ਅਤੇ ਆਪਣੇ ਨਦੀ ਵੀ ਦੇਖੀ, ਉਹ ਟਰੈਕਟਰ ਦੇਖੇ ਚੱਲਦੇ। ਉਸ ਵਕਤ ਇਹ ਚੀਜ਼ਾਂ ਨਹੀਂ ਸੀ ਨਾ, ਉਸ ਵੇਲੇ ਤਾਂ ਨਦੀ ਸੀ, ਗੁਰਦੁਆਰਾ ਵੀ ਇੱਕ ਮਾਮੂਲੀ ਜਿਹਾ ਸੀ ਆਮ ਮਕਾਨ ਦੀ ਤਰ੍ਹਾਂ, ਹੁਣ ਤਾਂ ਗੁਰਦੁਆਰਾ ਬੜਾ ਸ਼ਾਨਦਾਰ ਨਜ਼ਰ ਆਇਆ। ਉਹ ਪਿਛਲੇ ਪਾਸੇ ਪਿੰਡ ਜਾਂਗਣੀ ਵਾਲੇ ਇੱਕ ਹੋਰ ਉਹ ਵੀ ਨਜ਼ਰ ਆਇਆ, ਉਹਨੇ ਦੱਸਿਆ ਵੀ ਚਮਾਰਾਂ ਦੀ ਆਬਾਦੀ ਇੰਨੀ ਮੈਂ ਦੇਖੀ ਖੂਬਸੂਰਤ, ਉਹ ਤਾਂ ਸ਼ਹਿਰ ਬਣ ਗਿਆ ਸਾਡਾ ਪਿੰਡ। ਉਸ ਵੇਲੇ ਤਾਂ ਬਿਲਕੁਲ ਕੱਚੇ ਮਕਾਨ ਸੀ, ਚੰਦ ਇੱਕ ਮਕਾਨ ਪੱਕੇ ਸੀ, ਬਾਕੀ ਉਸ ਵਕਤ ਸਭ ਕੱਚੇ ਸੀ, ਸੁਨਿਆਰਿਆਂ ਦੇ ਮਕਾਨ ਪੱਕੇ ਸੀ, ਜਾਂ ਤਰਖਾਣ ਸਾਡੇ ਪਿੰਡ ਦੇ ਬਹੁਤ ਅਮੀਰ ਸੀ, ਉਹ ਅਫਰੀਕਾ ਵਗੈਰਾ 'ਚ ਜਾ ਕੇ ਠੇਕੇ ਲੈਂਦੇ ਸੀ, ਕਲਕੱਤੇ ਠੇਕੇ ਲੈਂਦੇ ਸੀ, ਬੜੇ ਮਾਲਦਾਰ ਲੋਕ ਸੀ, ਦੋ ਦੋ ਤਿੰਨ ਤਿੰਨ ਮੰਜ਼ਿਲਾਂ ਉਹਨਾਂ ਦੇ ਬੱਚੇ ਉੱਚੇ ਮਕਾਨ ਸੀ। ਹੁਣ ਤਾਂ ਉਹ ਪਿੰਡ ਮੈਂ ਦੇਖ ਕੇ ਹੈਰਾਨ ਹੋ ਗਿਆ, ਉਹ ਤਾਂ ਸ਼ਹਿਰ ਬਣ ਗਿਆ ਹੈ ਬਹੁਤ ਵਧੀਆ। ਹਾਂਜੀ, ਬਹੁਤ ਸੋਹਣਾ, ਮੈਨੂੰ ਲੱਗਾ ਯਾਦ ਆ ਗਏ ਮੇਰੇ, ਮੈਂ ਬਿਆਨ ਨਹੀਂ ਕਰ ਸਕਦਾ ਕਿ ਮੇਰੇ ਦਿਲ ਦੀ ਕੈਫੀਅਤ ਕਿਆ ਸੀ। ਇਹਦੇ ਉੱਤੇ ਕੋਈ ਸ਼ੇਅਰ ਹੀ ਹੋ ਜਾਏ ਹੈ ਜੀ, ਇਹਦੇ ਉੱਤੇ ਕੋਈ ਸ਼ੇਅਰ ਹੀ ਸੁਣਾ ਦਿਓ ਸਾਨੂੰ। ਉਹ ਤਾਂ ਮੈਂ ਪਿੰਡ ਨੂੰ ਯਾਦ ਕਰਕੇ ਕਹਿੰਦਾ, ਸੁਣਾ ਦਿਓ ਫਿਰ ਦੁਬਾਰਾ। ਮੈਂ ਜਾਣੀ ਦੋਸਤਾਂ ਨੂੰ ਪੁੱਛਦਾ ਕਿ ਹੁਣ ਵੀ ਸਾਉਣ ਮਹੀਨੇ ਨੂੰ ਬਾਗਾਂ ਵਿੱਚ ਪੀਂਘਾਂ ਪੈਂਦੀਆਂ ਨੇ, ਕਿਆ ਹੁਣ ਵੀ ਅੰਬਾਂ ਦੇ ਉੱਤੇ ਕੋਲਾਂ ਦੀਆਂ ਡਾਰਾਂ ਬਹਿੰਦੀਆਂ ਨੇ, ਕਿਆ ਹੁਣ ਵੀ ਪਿੱਪਲਾਂ ਦੇ ਹੇਠਾਂ ਰਲ ਮਿਲ ਕੇ ਮੰਡਲੀਆਂ ਬਹਿੰਦੀਆਂ ਨੇ, ਉਹ ਦੱਸ ਹੁਣ ਵੀ ਹਾਸੇ ਮੁੱਕਦੇ ਨਹੀਂ, ਕਿਆ ਹੁਣ ਵੀ ਖਿਲੀਆਂ ਪੈਂਦੀਆਂ ਨੇ, ਦੱਸ ਹੁਣ ਵੀ ਮੀਂਹ ਜਦ ਵਸਦਾ ਏ ਚੋਮਾਂ ਵਿੱਚ ਛਾਲੀਆਂ ਆਉਂਦੀਆਂ ਨੇ। ਚੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਨਦੀ ਨੂੰ ਕਿਹਾ ਜਾਂਦਾ ਚੋ, ਕਿਆ ਹੁਣ ਵੀ ਮੀਂਹ ਵਸਦਾ ਏ ਚੋਮਾਂ ਵਿੱਚ ਛਾਲੀਆਂ ਆਉਂਦੀਆਂ ਨੇ, ਕਿਆ ਹੁਣ ਵੀ ਕੁੱਠੇ ਚੜ੍ਹਿਆਂ ਨੂੰ ਉਹ ਟਿੱਬੀਆਂ ਨਜ਼ਰੀ ਆਉਂਦੀਆਂ ਨੇ, ਉਹ ਲੱਖ ਅੱਖਾਂ ਤੋਂ ਦੂਰ ਹੋਈਆਂ ਯਾਦਾਂ ਦਿਲ ਨੂੰ ਤੜਫਾਉਂਦੀਆਂ ਨੇ, ਉਹਦਾ ਜੀਤੋ ਸੀਬੋ ਭਾਗਾ ਨੂਰਾਂ ਚੋ ਕੰਢੇ ਕੁਗਲੀ ਪਾਉਂਦੀਆਂ ਨੇ, ਉਹ ਕਿਆ ਅੱਧੀਆਂ ਰਾਤਾਂ ਤੱਕ ਉਹ ਹੁਣ ਵੀ ਗੀਤ ਸੁਹਾਗ ਦੇ ਗਾਉਂਦੀਆਂ ਨੇ। ਇਸ ਤਰ੍ਹਾਂ ਦੀਆਂ ਗੱਲਾਂ ਜੀ, ਉਹ ਬਸ ਪਿੰਡ ਯਾਦ ਆ। ਜਿਹੜਾ ਜਿਹਨੇ ਵੀਡੀਓ ਭੇਜੀ ਹੈ ਹਾਂ, ਉਹਦੇ ਬਾਰੇ ਕੋਈ ਗੱਲਬਾਤ ਕਹਿਣੀ ਚਾਹੋ ਤਾਂ ਸ਼ੁਕਰੀਆ ਅਦਾ ਕਰਨਾ ਚਾਹੋ। ਬਈ ਜਿਹਨੇ ਇਹ ਵੀਡੀਓ ਭੇਜੀ ਹੈ ਉਹ ਮੈਨੂੰ ਦੱਸੇ ਕੌਣ ਹੈ, ਕਿਹਦਾ ਪੁੱਤਰ ਹੈ, ਕੀ ਉਹਦਾ ਨਾਂ ਆ। ਮੈਂ ਬਹੁਤ ਉਹਦੇ ਕੋਲੋਂ ਖੁਸ਼ ਹੋਇਆ, ਔਰ ਉਹਦੇ ਲਈ ਮੈਂ ਬੜੀਆਂ ਦੁਆਵਾਂ ਕੀਤੀਆਂ ਕਿ ਮੇਰੇ ਪਿੰਡ ਦਾ ਉਹ ਵਾਸੀ ਹੈ, ਅਤੇ ਮੇਰੇ ਪਿੰਡ ਦਾ ਜਿਹਨੇ ਮੈਨੂੰ ਯਾਦ ਰੱਖਿਆ, ਜਿਹਨੇ ਮੇਰੀ ਜਨਮ ਭੂਮੀ ਨੂੰ ਯਾਦ ਰੱਖਿਆ, ਅਤੇ ਉਹ ਮੇਰੇ ਨਾਲ ਬਹੁਤ ਹੀ ਮੈਂ ਖੁਸ਼ ਹੋਇਆ, ਔਰ ਉਹਦੇ ਲਈ ਮੈਂ ਦੁਆਵਾਂ ਮੰਗਦਾ ਜਿਹਨੇ ਵੀਡੀਓ ਭੇਜੀ ਹੈ।
वापस जाना ते बड़ी मुश्किल जी गल गल्लां कर लवांगा उन्हां दे बचपन मेनू याद आ जाएगा बचपन मेनू मिल जाएगा हिंदुआ बहुत मुंडे से मेरे हानी हां मैं एक साइड फुटबॉलर सी गुलजार सिंह अच्छा गुलजार सिंह ओनू गारू कहंदे से गार कहंदे से गार अच्छा अमर सिंह सिख दा पुत्र सी ओ अच्छा एक मलकीत सिंह सी हवालदार दा पुत्र ओ मेरा क्लास फेलो सी अच्छा एक भजन सिंह सी तरखाना दा ठेकेदारा दा मुंडा अच्छा भजन सिंह सही होर इस तरह कई मुंडे से चुमारा दे मुंडे से सिखा दे मुंडे से परगट सी सही साधु सी प्यारा सिंह सी ए मेरे क्लास फैलो सन ए सारे अच्छा तुसी खेल दे भी कठे रहे हो कठे खेल दे रहे और मैं बहुत प्यार करदा सी उना दी पैणा नू मैं अपनिया पैणा समझदा सी बल्कि असी त्यौहार दे उत्ते एक सिखड़ी सी उनू असी फुफी नू पंजाबी च साडे इलाके च भूआ कहंदे आ भूआ रली उनू असी सुपियां सेमियां ते शक्कर दे के आउंदे हुंदे से ईद नू ਉਹ ਸਾਡੇ ਹੱਥਾਂ ਉੱਤੇ ਰੱਖੜੀ ਰਾਖੀ ਵੀ ਬੰਨ ਦਿੰਦੀਆਂ ਸੀ ਕੁੜੀਆਂ ਜਿਹੜੀਆਂ ਭਰਾਵਾਂ ਦੇ ਬੰਨਦੀਆਂ ਹਾਂਜੀ ਕਿਹੜੇ ਸਾਈਡ ਤੇ ਸੀ ਉਹਨਾਂ ਦਾ ਘਰ ਤੁਹਾਡੇ ਭੂਆ ਦਾ ਕੱਠੇ ਮਿਲਵੇ ਘਰ ਸੇ ਸਾਡੀ ਗਲੀ ਮੁਸਲਮਾਨਾਂ ਦੀ ਰਹਿਦਾ ਸੀ ਉਹਨਾਂ ਦੀ ਨਾਲੇ ਮੁਲੇਕਾ ਸਾਡੇ ਨਾਲ ਗਲੀ ਸੀ ਸਹੀ ਹੋ ਗਿਆ ਸਹੀ ਹੋ ਗਿਆ ਅੱਜ ਵੀ ਉਹ ਫਿਰਦੇ ਆਉਂਦੇ ਨੇ ਲੋਕ ਹਾਂਜੀ ਉਹ ਪਤਾ ਨਹੀਂ ਮਰ ਮੁਰ ਗਏ ਹੋਣੇ ਆ ਮੈਂ ਤੇ ਸਾਰਿਆਂ ਦੋਸਤਾਂ ਚੋਂ ਇੱਥੇ ਪਾਕਿਸਤਾਨ ਚ ਇਕੱਲਾ ਹੀ ਰਹਿ ਗਿਆ ਜਿੰਨੇ ਮੇਰੇ ਬੱਚੀ ਸੀ ਚਾਲੀ ਪਿੰਡ ਦੇ ਮੁੰਡੇ ਸਭ ਮਰ ਗਏ ਉਹ ਕੋਈ ਇੰਡੋਨੇਸ਼ੀਆ ਨੂੰ ਚਲੇ ਗਿਆ ਜਾਵਾ ਸਮਾਟਰਾ ਨੂੰ ਉੱਥੇ ਜਾ ਕੇ ਮਲਾਇਆ 'ਚ ਰਹਿਣ ਲੱਗ ਪਏ ਮੈਂ ਇੱਥੇ ਪਿੰਡ ਰਹਿੰਦਾ ਜ਼ਿਲ੍ਹਾ ਗੁਜਰਾਂਵਾਲੇ ਬਦੋਰ ਉੱਤੇ ਅਤੇ ਉਹ ਜੇ ਕੋਈ ਗੱਲ ਕਰੇਗਾ ਮੈਂ ਉਹਨਾਂ ਨਾਲ ਕਰ ਲਵਾਂਗਾ ਖੁਸ਼ੀ ਦੇ ਉਸ ਬੰਦੇ ਦਾ ਮੈਂ ਬੜਾ ਸ਼ੁਕਰੀਆ ਅਦਾ ਕਰਦਾ ਉਸ ਜਿਨ ਮੈਨੂੰ ਯਾਦ ਕੀਤਾ ਔਰ ਜਿਨ ਕਿਹਾ ਵੀ ਉਹਦੀ ਵੀਡੀਓ ਭੇਜੋ ਮੇਰੀ ਵੀਡੀਓ ਦੇਖ ਕੇ ਜਿਨ ਮੇਰੇ ਨਾਲ ਮਿਲਣੇ ਦੀ ਮੁਹੱਬਤ ਦੀ ਗੱਲ ਕੀਤੀ ਮੈਂ ਉਹਦਾ ਬੜਾ ਸ਼ੁਕਰ ਗੁਜ਼ਾਰ ਹਾਂ ਪਿੰਡ ਹੀ ਤੁਹਾਡੀ ਵੀਡੀਓ ਵੇਖ ਚੁੱਕਿਆ ਅੱਛਾ ਜੀ ਉਹਦੀ ਵਜ੍ਹਾ ਕਿ ਮੇਰੇ ਬਾਪ ਦੀ ਵੀ ਉਹਨਾਂ ਲੋਕਾਂ ਨਾਲ ਬੜੀ ਦੋਸਤੀ ਸੀ ਬਚਪਨ ਤੋਂ ਅਸੀਂ ਇੱਕਥੇ ਪਲੇ ਇੱਕਥੇ ਰਹੇ ਇੱਕਥੇ ਖੇਲੇ ਤਿਉਹਾਰ ਇਕੱਠੇ ਮਨਾਏ ਜਾਂਦੇ ਸੀ ਸਾਡੇ ਨਾਲ ਉਹ ਈਦ ਨੂੰ ਵੀ ਚਲੇ ਜਾਂਦੇ ਸੀ ਈਦਗਾਹ ਜਾ ਕੇ ਨਾ ਉਹਨੀ ਬਾਹਰ ਬੈਠੇ ਰਹਿਣਾ ਹਿੰਦੂਆਂ ਦੀਆਂ ਦੁਕਾਨਾਂ ਹੁੰਦੀਆਂ ਸੀ ਨਾ ਉਹਨੇ ਦੱਸਿਆ ਮੈਨੂੰ ਵੀ ਬਾੜੀਆਂ ਇੱਕ ਪਿੰਡ ਸੀ ਉੱਥੇ ਦੇ ਹਲਵਾਈ ਆ ਕੇ ਦੁਕਾਨਾਂ ਲਾ ਲੈਂਦੇ ਹੁੰਦੇ ਸੀ ਈਦਗਾਹ ਦੇ ਬਾਅਦ ਸਾਡੇ ਨਾਲ ਉਹ ਵੀ ਨਵੇਂ ਕੱਪੜੇ ਪਾ ਕੇ ਸਿੱਖਾਂ ਦੇ ਮੁੰਡੇ ਵੀ ਸਾਡੇ ਨਾਲ ਚਲੇ ਜਾਂਦੇ ਸੀ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਖਾਸ ਕਰਕੇ ਮਲਕੀਤ ਸਿੰਘ ਗਾਰੂ ਪਿਆਰਾ ਸਿੰਘ ਪ੍ਰਗਟ ਸਾਧੂ ਸਾਧੂ ਸਿੰਘ ਮੇਰੀ ਸ਼ਾਦੀ ਇੰਡੀਆ ਦੇ ਵਿੱਚ ਕੈਂਪ ਦੇ ਵਿੱਚ ਹੋਈ ਜਿਸ ਵੇਲੇ ਅਸੀਂ ਆਪਣੇ ਪਿੰਡੋਂ ਉੱਜੜ ਕੇ ਆ ਗਏ ਨਾ ਮੁਸਲਮਾਨਾਂ ਦੇ ਪਿੰਡਾਂ 'ਚ ਉਸ ਕੈਂਪ ਦੇ ਵਿੱਚ ਮੇਰੀ ਅੱਗੇ ਮੰਗਣੀ ਹੋਈ ਸੀ ਉਸ ਦਿਨ ਬਸੀ ਦੌਲਤ ਖਾਂ ਬਸੀ ਦੌਲਤ ਖਾਂ ਉੱਥੇ ਮੇਰੀ ਸ਼ਾਦੀ ਹੋ ਗਈ ਮੈਂ ਨਹੀਂ ਸੀ ਚਾਹੁੰਦਾ ਕਿਉਂਕਿ ਮੇਰੀ ਹਾਲਤ ਬੜੀ ਖਰਾਬ ਸੀ ਮੇਰੇ ਪੈਰੀ ਤਾਂ ਜੁੱਤੀ ਵੀ ਨਹੀਂ ਸੀ ਮਗਰੋਂ ਨਹੀਂ ਮੇਰੇ ਨਾਨਕੇ ਆਏ ਉਸੇ ਉੱਥੇ ਉਹਨਾਂ ਨੂੰ ਮਜਬੂਰ ਕੀਤਾ ਮੇਰੇ ਦੋਸਤਾਂ ਨੂੰ ਮਜਬੂਰ ਕਰਕੇ ਫਿਰ ਮੇਰਾ ਨਿਕਾਹ ਕਰ ਕੈਂਪ ਦੇ ਵਿੱਚ ਉਹ ਇਸ ਤਰ੍ਹਾਂ ਦੇ ਹਾਲਾਤ ਸੀ ਉਹ ਬੜੇ ਅਜੀਬੋ ਗਰੀਬ ਇੱਕ ਅੱਲਾਹ ਤਾਲਾ ਨੇ ਸਾਨੂੰ ਇੱਥੇ ਪਾਕਿਸਤਾਨ ਪਹੁੰਚ ਕੇ ਨਈ ਜ਼ਿੰਦਗੀ ਦਿੱਤੀ ਹੈ ਬੜੀਆਂ ਤਕਲੀਫਾਂ ਕੱਟ ਕੇ ਅਸੀਂ ਪਹੁੰਚੇ ਹਾਂ ਮਗਰ ਫਿਰ ਵੀ ਮੈਨੂੰ ਉਹਨਾਂ ਦੋਸਤਾਂ ਦੀ ਯਾਦ ਆਉਂਦੀ ਹੈ ਅੱਜ ਇੱਥੇ ਜੰਮਿਆ ਪਲਿਆ ਉਹਨਾਂ ਦੀਆਂ ਮਾਵਾਂ ਸਾਡੀਆਂ ਮਾਵਾਂ ਸੀਆਂ ਅਸੀਂ ਸਵੇਰ ਨੂੰ ਸੁੱਤੇ ਉੱਠ ਕੇ ਜੇ ਮੇਰਾ ਪੜ੍ਹਨ ਜਾਣਾ ਨਾ ਬਾੜੀਆਂ ਕਰਾਂ ਇੱਕ ਦੂਸਰੇ ਮੁੰਡੇ ਨੂੰ ਸੱਦਣ ਜਾਣਾ ਜਿਹਨੇ ਰੋਟੀ ਪਹਿਲਾਂ ਖਾ ਲੈਣੀ ਖਾਸ ਕਰਕੇ ਮਲਕੀਤ ਸਿੰਘ ਨੂੰ ਪਿਆਰਾ ਸਿੰਘ ਨੂੰ ਪਿਆਰਾ ਸਿੰਘ ਦਾ ਬਾਪ ਸੀ ਲਾਭ ਸਿੰਘ ਉਹ ਬੜੇ ਅਮੀਰ ਆਦਮੀ ਸੀ ਪਿਆਰਾ ਸਿੰਘ ਉਹਦਾ ਇੱਕ ਭਰਾ ਸੀ ਊਧਮ ਸਿੰਘ ਅਨਪੜ੍ਹ ਸੀ ਪਿਆਰਾ ਬੜਾ ਕੜੀਅਲ ਜ਼ੁਬਾਨ ਸੀ ਪਹਿਲਵਾਨ ਸੀ ਕੁਸ਼ਤੀ ਵੀ ਕਰਦਾ ਸੀ ਤਕੜਾ ਸੀ ਖਾਣ ਪੀਣ ਨੂੰ ਬੜਾ ਅੱਛਾ ਅਮੀਰ ਆਦਮੀ ਸੀ
ਉਹਨੂੰ ਅਸੀਂ ਬੁਲਾਉਣ ਚਲੇ ਜਾਣਾ, ਜੇ ਉਹਨਾਂ ਨੇ ਪਹਿਲਾਂ ਰੋਟੀ ਖਾ ਲੈਣੀ ਉਹਨੀ ਸਾਨੂੰ ਬੁਲਾਉਣ ਚਲੇ ਜਾਣਾ। ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਂਦਾ, ਹਰਭਜਨ ਸਿੰਘ ਜਿਹੜਾ ਮੈਂ ਮੁੰਡਾ ਤਰਖਾਣਾ ਦਾ ਕਹਿੰਦਾ, ਉਹਨੂੰ ਬੁਲਾਉਣ ਗਏ ਨਾ, ਉਹ ਰੋਟੀ ਖਾਂਦਾ ਸੀ ਤਾਂ ਉਹਦੀ ਮਾਂ ਰੋਟੀ ਪਕਾਉਂਦੀ ਸੀ, ਉਹ ਅਸੀਂ ਬੈਠੇ ਪੀੜੀਆਂ ਦੇ ਉੱਤੇ ਦੇਖਦੇ, ਉਹਦਾ ਛੋਟਾ ਭਰਾ ਸੱਪ ਦੇ ਨਾਲ ਖੇਡਦਾ। ਅਸੀਂ ਉਹਦੀ ਮਾਂ ਨੂੰ ਕਿਹਾ, ਬੇਬੇ ਉਹ ਦੇਖ ਛੋਟਾ ਕਾਕਾ ਕੀ ਕਰਦਾ ਸੱਪ ਨਾਲ ਖੇਡਦਾ। ਉਹ ਕਹੀ, ਹਾਏ ਮੈਂ ਮਰ ਗਈ, ਜਿਸ ਵੇਲੇ ਹਟ ਕੇ ਸੱਪ ਚਲਾ ਗਿਆ। ਉਸ ਬੱਚੇ ਨੂੰ ਕੁਛ ਨਹੀਂ ਕਿਹਾ, ਉਹ ਬੱਚਾ ਉਹਦੇ ਨਾਲ ਖੇਡਦਾ ਸੀ। ਇਸ ਤਰ੍ਹਾਂ ਦਾ ਕੋਈ ਲੜਾਈ ਝਗੜਾ ਹਾਂਜੀ, ਮੇਰੇ ਘਰ ਦੇ ਵਿੱਚ ਜਾਮਣ ਸੀ, ਮੈਨੂੰ ਮਜੀਦ ਜਾਮਣ ਵਾਲਾ ਕਹਿੰਦੇ ਸੀ। ਜਾਮਣ ਦਾ ਬੂਟਾ ਸੀ ਹਾਂਜੀ, ਬਹੁਤ ਬੜਾ ਸੀ, ਉਹਨੂੰ ਕਹਿੰਦੇ ਜਾਨੀ ਜਾਮਣ ਵਾਲਾ। ਮੇਰੇ ਬਾਪ ਦਾ ਨਾਂ ਰਮਜ਼ਾਨੋ ਦੀਨ ਸੀ ਤਾਂ ਜਾਨੀ ਕਹਿੰਦੇ। ਸਿੱਧੂ ਮੇਰਾ ਗੋਤ ਹੈ। ਹਾਂਜੀ, ਸਿੱਧੂ ਮੇਰਾ ਗੋਤ ਹੈ। ਸਿੱਧੂਆਂ ਦੇ ਸਾਡੇ 13-14-15 ਘਰ ਸੀ। ਅੱਛਾ, ਉਹ ਵੀ ਜਿਹੜੇ ਸਿੱਖ ਸੀ ਉਹ ਵੀ ਸਿੱਧੂ ਸਨ? ਨਹੀਂ ਨਹੀਂ ਜੀ, ਉਹਨਾਂ ਦਾ ਨਹੀਂ ਮੈਨੂੰ ਪਤਾ। ਚਲੋ ਜੀ, ਗੋਤ ਦਾ ਨਹੀਂ ਪਤਾ, ਵੈਸੇ ਜੱਟ ਹੀ ਸਨ। ਹਾਂਜੀ, ਸਿੱਖ ਸੀ ਜੀ ਉਹ। ਅੱਛਾ, ਉਹਨਾਂ ਦਾ ਬੜਾ ਪਿਆਰ ਸੀ ਬਹੁਤ। ਮੈਂ ਦੱਸਿਆ ਨਾ ਤੁਹਾਨੂੰ ਕਿ ਅਸੀਂ ਤਿਉਹਾਰਾਂ ਦੇ ਉੱਤੇ ਇੱਕ ਦੂਸਰੇ ਦੇ ਨਾਲ ਮਿਲਦੇ ਜੁਲਦੇ ਸੀ। ਸਹੀ ਹੋ ਗਿਆ, ਠੀਕ ਹੈ, ਠੀਕ ਹੈ ਬਜ਼ੁਰਗੋ। ਅੱਛਾ ਜੀ, ਬੜੀ ਬਹੁਤ ਮਿਹਰਬਾਨੀ, ਬਹੁਤ ਤੁਹਾਡੀ ਮਿਹਰਬਾਨੀ। ਬੜਾ ਚੰਗਾ ਲੱਗਾ ਜੀ, ਤੁਹਾਡੇ ਪਿੰਡ ਦੇ ਸਾਨੂੰ ਕਿਹਾ ਕਿ ਜਾਓ, ਜਿਹੜਾ ਇੰਡੀਅਨ ਪਿੰਡ ਹੈ ਨਾ ਤੁਹਾਡਾ। ਹਾਂਜੀ ਹਾਂਜੀ, ਮਨੋਲੀਆਂ, ਉਹਨਾਂ ਬੰਦਿਆਂ ਨੇ ਸਾਨੂੰ ਭੇਜਿਆ ਤੁਹਾਡਾ। ਦੇਖੋ, ਸਹੀ ਨਾਂ ਤਾਂ ਹੈ ਮਨੋਲੀਆਂ, ਮਗਰ ਅਸੀਂ ਨਮੋਲੀਆਂ ਹੀ ਕਹਿੰਦੇ ਸੀ। ਉਸ ਵੇਲੇ ਕੋਈ ਸਕੂਲ ਨਹੀਂ ਸੀ ਉੱਥੇ, ਕੋਈ ਸੜਕ ਨਹੀਂ ਸੀ, ਬੜੇ ਰਸਤੇ ਰੇਤਲੇ ਰੇਤਾਂ ਦੇ ਰਸਤੇ ਸੀ, ਕਿਉਂਕਿ ਪਹਾੜ ਦੇ ਦਾਮਨ ਚ ਹੈ ਪਿੰਡ ਹੈ। ਮਗਰ ਲੋਕ ਬੜੇ ਖੁਸ਼ ਸੀ ਜੀ, ਬੜੇ ਅੱਛੇ ਲੋਕ ਸੀ। ਅੱਲਾਹ ਤਾਲਾ ਜਿੱਥੇ ਵੀ ਕੋਈ ਹੈ ਉਹਨੂੰ ਖੁਸ਼ ਰੱਖੇ। ਬੜਾ ਚੰਗਾ ਲੱਗਿਆ। ਅੱਛਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ।